आनंदपुर साहिब च होला महला मनाया जा रहा। लखां दी गिनती च दुनिया तो श्रद्धालु इत्थे आउंदे ने, पर सिख संगतां दे विच पंजाब पुलिस नूं लै के रोस पाया जा रहा। संगतां कह रही हैं कि पुलिस दे वल्लों उहनां दे नाल सही वर्तारा नहीं किया जा रहा। नौजवान साडे नाल ने, की कहना चाहुंदे हो जी? सर यही कहना चाहुंदे कि इत्थे इक मैडम दी ड्यूटी लगी सी रस्ते दे विच, ਉਹਨਾਂ ਨੂੰ ਅਸੀਂ ਦੇਖ ਰਹੇ ਕਿ ਇਹ ਨਹੀਂ ਕਿ ਇੱਦਾਂ ਨਹੀਂ ਬੋਲਦੀ ਕਿ ਠੀਕ ਹੈ ਤੁਸੀਂ ਸਾਈਡ 'ਤੇ ਹੋ ਜਾਓ ਜਾਂ ਤੁਸੀਂ ਇੱਧਰ ਨੂੰ ਨਹੀਂ ਜਾਣਾ, ਸਿੱਧਾ ਗਾਲਾਂ ਕੱਢਣ ਦੇ ਜੀ ਗੰਦੀਆਂ ਕਿ ਤੂੰ ਇੱਧਰ ਨੂੰ ਨਹੀਂ ਜਾਣਾ, ਇੱਧਰ ਨੂੰ ਜਾਂ ਧੱਕੇ ਮਾਰ ਮਾਰ ਅਸੀਂ ਇੱਕ। ਚਲੋ ਕੋਈ ਇੱਕ ਇੰਨੀ ਪੁਲਿਸ ਦੇ ਵਿੱਚ ਕੋਈ ਇੱਕ ਤਾਂ ਇਸ ਤਰ੍ਹਾਂ ਹੋ ਸਕਦਾ ਨਾ, ਸਾਰੀ ਪੁਲਿਸ ਨਹੀਂ। ਇੱਕ ਨਹੀਂ ਜੀ, ਇੱਕ ਨਹੀਂ, ਗਲਤ ਗੱਲ ਹੈ। ਇੱਥੇ ਮੇਰੇ ਨਾਲ ਦੋ ਜਣੇ ਆ, ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਨਾਲ ਕੀ ਵਰਤਾਵ ਹੋਇਆ। ਮੈਂ ਗੱਲ ਕਰਕੇ ਆਇਆ ਸੀ ਹੁਣੇ ਜੀ, ਕਿਉਂਕਿ ਅਸੀਂ ਕਹਿ ਰਹੇ ਕਿ ਮੈਡਮ ਦੇਖੋ ਤੁਸੀਂ ਚੰਗੀ ਤਰ੍ਹਾਂ ਬੋਲੋ, ਜੇ ਤੁਸੀਂ ਇੱਕ ਔਰਤ ਹੋ ਕੇ ਇੰਨਾ ਬੁਰਾ ਸਲੂਕ ਕਰਨ ਦੇ ਸੰਗਤ ਦੇ ਨਾਲ, ਇਹ ਜਿਹੜੇ ਤੁਹਾਡੇ ਨਾਲ ਪੁਲਿਸ ਵਾਲੇ ਆ ਦੂਸਰੇ ਇਹ ਕੀ ਕਰਦੇ ਹੋਣਗੇ, ਇਹ ਕਿੰਨਾ ਮਾੜਾ ਬੋਲਦੇ ਹੋਣਗੇ। ਪਰ ਉਹ ਕਹਿੰਦੇ ਕੀ ਹੈ ਕਿ ਹੋ ਸਕਦਾ ਇੰਨੀ ਸੰਗਤ ਹੈ, ਇੰਨੀ ਸੰਗਤ ਦੇ ਵਿੱਚ ਕੰਟਰੋਲ ਕਰਨਾ ਔਖਾ ਹੁੰਦਾ ਪਿਆ ਹੋਵੇ। ਕਹਿਣਾ ਜੀ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਕਿ ਤਿੰਨ ਜਣੇ ਚਲੋ ਮੋਟਰਸਾਈਕਲ ਤੇ ਚੜ੍ਹ ਰਹੇ ਆ, ਇਹਨਾਂ ਨੂੰ 200 ਰੁਪਇਆ ਦੇ ਦਿਓ ਫਿਰ ਕੋਈ ਨਹੀਂ, ਭਾਵੇਂ 10 ਜਣੇ ਬਿਠਾ ਲਓ। ਜੇ ਇੱਕ ਜਣਾ ਜਾ ਰਿਹਾ ਵਾ ਤੇ ਫਿਰ ਤੇ ਠੀਕ, ਜੇ ਤਿੰਨ ਭਾਵੇਂ 10 ਬਿਠਾ ਲਓ, ਇਹਨਾਂ 200 ਰੁਪਇਆ ਦੇ ਦਿਓ, ਠੀਕ ਹੈ, ਕੋਈ ਚਲਾਨ ਨਹੀਂ, ਕੋਈ ਗੱਲਬਾਤ ਨਹੀਂ ਜੀ। ਫਿਰ ਤੇ ਚਲਾਨ ਦੀ ਜ਼ਰੂਰਤ, ਫਿਰ ਤੇ ਚਲਾਨ ਦੀ ਜ਼ਰੂਰਤ ਨਹੀਂ, ਰੁਪਇਆ 500 ਜੇਬ 'ਚ ਪਾ ਗਿਆ, ਫਿਰ ਤੇ ਗੱਲ ਹੀ ਕੋਈ ਨਹੀਂ। ਰੁਪਇਆ ਟੁੱਟਾ ਜੇਬ 'ਚ ਚਾਹੀਦਾ, ਇਦਾਂ ਕਰਕੇ ਫੜਾ ਦਿਓ ਇਹਨਾਂ ਨੇ, ਆਖਣਾ ਠੀਕ ਆ ਜਾਓ ਨਾ। ਫਿਰ ਕੋਈ ਚੱਕਰ, ਕਿੱਥੋਂ ਆਏ ਹੋ ਤੁਸੀਂ? ਹਾਂਜੀ ਅੰਮ੍ਰਿਤਸਰ ਤੋਂ ਆਏ ਜੀ। ਅੰਮ੍ਰਿਤਸਰ ਸਾਹਿਬ ਤੋਂ ਆਏ ਹੋ? ਸੋ ਇਹ ਇੱਕ ਭਾਵਨਾ ਹੈਗੀ ਆ ਸੰਗਤ ਦੀ, ਜਿਹੜਾ ਹੈ ਕਿ ਜਿੱਥੇ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਹੀ ਪੁਲਿਸ ਦੀ ਇਹ ਡਿਊਟੀ ਹੋਣੀ ਚਾਹੀਦੀ ਹੈ ਕਿ ਐਸੇ ਧਾਰਮਿਕ ਸਮਾਗਮਾਂ ਦੇ ਉੱਤੇ ਜਿੱਥੇ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਲੋਕਾਂ ਦੇ ਨਾਲ ਵਧੀਆ ਵਰਤਾਰਾ ਕੀਤਾ ਜਾਵੇ, ਪਿਆਰ ਦੇ ਨਾਲ ਉਹਨਾਂ ਦੇ ਨਾਲ ਡੀਲ ਕੀਤਾ ਜਾਵੇ, ਔਰ ਇੱਥੇ ਮੁਹੱਬਤ ਔਰ ਇੱਥੇ ਪਿਆਰ ਦੀ ਗੱਲ ਹੁੰਦੀ ਹੈ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ 'ਤੇ। ਅਤੇ ਸਾਨੂੰ ਕੰਟਰੋਲ ਕਰਨ ਵਾਲੀ ਜਿਹੜੀ ਪੁਲਿਸ ਹੈ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ, ਉਹਦੇ 'ਤੇ ਗਿਲਾ ਜਿਹੜਾ ਲੋਕਾਂ ਦਾ ਹੈ ਕਿ ਉਹ ਠੀਕ ਤਰੀਕੇ ਦੇ ਨਾਲ ਗੱਲਬਾਤ ਨਹੀਂ ਕਰ ਰਹੀ। ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਸ਼੍ਰੀ ਆਨੰਦਪੁਰ ਸਾਹਿਬ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।